ਸੋ ਤੁਹਾਡੇ ਵੱਲੋਂ ਜੇ ਤੁਸੀਂ ਦੱਸਣਾ ਹੋਵੇ ਕਿ ਸਿੱਧੂ ਮੂਸੇਵਾਲੇ ਦੀ ਉਹ ਕਿਹੜੀ ਗੱਲ ਹੈ ਜੋ ਤੁਹਾਨੂੰ ਅੱਜ ਵੀ ਯਾਦ ਆਉਂਦੀ ਹੈ ਤੇ ਤੁਸੀਂ ਕਹਿੰਦੇ ਹੋ ਕਿ ਇਹ ਚੀਜ਼ ਉਹਨਾਂ 'ਚ ਬਹੁਤ ਸੋਹਣੀ ਸੀ? ਸ਼ੂਟ ਦੌਰਾਨ ਉਹ ਸਾਨੂੰ ਮਿਲਣ ਆਏ ਉੱਥੇ ਅਤੇ ਨਾ ਰਾਤ ਦੀ ਜਿਹੜੀ ਅਸੀਂ ਕੇਟਰਿੰਗ ਲੱਗੀ ਹੋਈ ਸੀਗੀ ਉਹ ਸਾਗ ਅਤੇ ਰੋਟੀ ਪਈ ਸੀਗੀ ਐਂਡ ਸਿੱਧੂ ਆਏ ਐਂਡ ਹੀ ਵਾਜ਼ ਲਾਈਕ ਯਾਰ ਭੁੱਖ ਬਹੁਤ ਲੱਗੀ ਆ ਉੱਥੇ ਹੋਰ ਵੀ ਟੀਮ ਸੀਗੀ ਐਂਡ ਆਈ ਵਾਜ਼ ਲਾਈਕ ਉਹ ਸਿੱਧੂ ਕੁਛ ਖਾਣ ਨੂੰ ਤਾਂ ਹੈ ਨਹੀਂ ਬਟ ਆਪਾਂ ਔਡਰ ਕਰ ਲੈਂਦੇ ਹਾਂ ਹੀ ਜੇ ਕੁਛ ਪਿਆ ਨਹੀਂ ਐਂਡ ਆਈ ਵਾਜ਼ ਲਾਈਕ ਉਹ ਰਾਤ ਵਾਲੀ ਰੋਟੀ ਅਤੇ ਸਾਗ ਪਿਆ ਹੀ ਜੇ ਪ੍ਰੀਤ ਆਪਾਂ ਉਹੀ ਗਰਮ ਕਰਕੇ ਖਾਂਦੇ ਹਾਂ ਨਾ ਆਈ ਡੋਂਟ ਨੋ ਉਹਨਾਂ ਨੇ ਕਦੇ ਇੱਦਾਂ ਬਿਹੇਵ ਹੀ ਨਹੀਂ ਕੀਤਾ ਦੈਟ ਹੀ ਸਮਥਿੰਗ ਹੀ ਵਾਜ਼ ਜਸਟ ਅ ਹਿਊਮਨ ਬੀਇੰਗ ਐਂਡ ਆਈ ਥਿੰਕ ਦੈਟ ਵਾਜ਼ ਦ ਯੂ ਐਸ ਪੀ ਟੂ ਹਿਜ਼ ਸਕਸੈਸ ਕਿ ਉਹ ਜਸਟ ਹੀ ਵਾਜ਼ ਜਸਟ ਡੂਇੰਗ ਹਿਜ਼ ਵਰਕ ਐਂਡ ਉਹਨਾਂ ਨੂੰ ਚੀਜ਼ਾਂ ਮਿਲ ਰਹੀਆਂ ਸੀ ਜਿਹੜੀਆਂ ਉਹਨਾਂ ਨੇ ਕਦੇ ਐਂਟੀਸਪੇਟ ਨਹੀਂ ਕੀਤੀਆਂ ਹੋਣੀਆਂ ਲੱਗਿਆ ਕਿ ਮੇ ਬੀ ਜੇ ਤੁਸੀਂ ਸਿਰਫ ਚੰਗੇ ਇਨਸਾਨ ਹੋਣ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਕੰਮ ਮਿਲੂਗਾ ਕਈ ਵਾਰੀ ਉੱਦਾਂ ਦੇ ਇਨਸਾਨ ਨੂੰ ਹੀ ਕੰਮ ਮਿਲਦਾ ਜਿਹੜੇ ਲਾਈਕ ਥੋੜ੍ਹੇ ਜਿਹੇ ਕਹਿ ਲਓ ਜਿਨ੍ਹਾਂ ਨੂੰ ਪਤਾ ਹੁੰਦਾ ਵੀ ਇੰਡਸਟਰੀ ਨੂੰ ਕਿਵੇਂ ਵਰਕ ਕਰਨਾ ਕਿਵੇਂ ਕੰਮ ਕੱਢਣਾ ਹੈ ਨਾ ਕਿਉਂਕਿ ਮੈਂ ਪਹਿਲਾਂ ਸੁਣਿਆ ਹੋਇਆ ਕਿ ਪ੍ਰੀਤ ਯੂਅਰ ਟੂ ਨਾਈਸ ਹੈ ਨਾ ਯੂ ਹੈਵ ਟੂ ਬੀ ਲਾਈਕ ਯੂ ਹੈਵ ਟੂ ਅੰਡਰਸਟੈਂਡ ਪੀਪਲਸ ਮੋਟਿਵ ਵੀ ਲਾਈਕ ਲੋਕ ਤੁਹਾਡੇ ਨਾਲ ਕਿਹੜੇ ਵੇ ਦੇ ਨਾਲ ਗੱਲ ਕਰ ਰਹੇ ਹੈ ਨਾ ਸੋ ਕਿਤੇ ਨਾ ਕਿਤੇ ਮੇ ਬੀ ਉਹ ਚੀਜ਼ ਨੂੰ ਲੈ ਕੇ ਇਨੋਸੈਂਸ ਆ ਉੱਦਾਂ ਤੁਸੀਂ ਸਟੋਰੀ ਸੁਣਦੇ ਹੋ ਹੈ ਨਾ ਕਿ ਕੀ ਹੁੰਦਾ ਵਾ ਸੋ ਆਈ ਥਿੰਕ ਮੇ ਬੀ ਮੈਨੂੰ ਉਹੀ ਚੀਜ਼ਾਂ ਨੂੰ ਲੈ ਕੇ ਲੱਗਿਆ ਕਿ ਮੇ ਬੀ ਇਫ ਯੂ ਆਰ ਨਾਈਸ ਇਫ ਯੂ ਜਸਟ ਵੇਟ ਕਿ ਤੁਹਾਨੂੰ ਕੋਈ ਚਾਂਸ ਦਊਗਾ ਦੇ ਆਰ ਨੋਟ ਗਨਾ ਡੂ ਇਟ ਮਿਊਜ਼ਿਕ ਵੀਡੀਓਜ਼ ਇਟਸ ਅ ਲੋਟ ਆਫ ਲਾਈਕ ਓਵਰ ਐਕਟਿੰਗ ਆਲਮੋਸਟ ਬਿਕਾਜ਼ ਤੁਸੀਂ ਆਪਣੇ ਆਪ ਨੂੰ ਸਿਰਫ ਇਮੋਸ਼ਨਸ ਦੇ ਥਰੂ ਐਕਸਪ੍ਰੈਸ ਕਰਨਾ ਹੈ ਨਾ ਸੋ ਯੂ ਹੈਵ ਟੂ ਬੀ ਲਾਊਡ ਇਨ ਯੂਰ ਐਕਸਪ੍ਰੈਸ਼ਨਸ ਮੈਨੂੰ ਆਈ ਥਿੰਕ ਫਿਲਮ ਐਕਟਿੰਗ ਥੋੜ੍ਹੀ ਜਿਹੀ ਈਜ਼ੀ ਲੱਗੀ ਆਈ ਡੋਂਟ ਨੋ ਮੇ ਬੀ ਇਟਸ ਲਾਈਕ ਕੌਂਟਰੀ ਟੂ ਪਾਪੂਲਰ ਬਿਲੀਫ ਬਟ ਮੈਨੂੰ ਲੱਗਿਆ ਕਿ ਤੁਹਾਡੀ ਡਾਇਲੋਗਸ ਹੈਲਪ ਕਰਦੇ ਆ ਜੇ ਤੁਸੀਂ ਉਹ ਚੀਜ਼ ਐਕਚੁਅਲੀ ਫੀਲ ਕਰਦੇ ਹੋ ਤਾਂ ਇਟ ਵਿਲ ਕਮ ਆਊਟ ਨੈਚੁਰਲੀ ਤੁਹਾਡੇ ਐਕਸਪ੍ਰੈਸ਼ਨਸ ਵੀ ਨੈਚੁਰਲੀ ਆਉਣਗੇ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਲਾਲੀਮਾ ਸ਼ਰਮਾ ਅਤੇ ਤੁਸੀਂ ਦੇਖ ਰਹੇ ਹੋ ਪੀਟੀਸੀ ਪੰਜਾਬੀ ਅਤੇ ਮੇਰੇ ਨਾਲ ਹੈਗੇ ਨੇ ਪ੍ਰੀਤ ਔਜਲਾ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਫੋਰ ਹੈਵਿੰਗ ਮੀ ਕਿਵੇਂ ਹੋ ਜੀ ਤੁਸੀਂ ਆਈ ਐਮ ਗੁੱਡ ਆਈ ਲਾਈਕ ਯੂਰ ਨੈਕਲੈਸ ਬਾਏ ਦ ਵੇ ਸੌਰੀ ਆਈ ਜਸਟ ਨੋਟਿਸ ਥੈਂਕ ਯੂ ਸੋ ਮਚ ਇਟਸ ਲਾਈਕ ਅਪਸ ਐਂਡ ਡਾਊਨ ਆਫ ਲਾਈਫ ਹਾਰਟ ਬੀਟ ਬਿਊਟੀਫੁਲ ਥੈਂਕ ਯੂ ਸੋ ਮਚ ਐਂਡ ਪ੍ਰਮੋਸ਼ਨਸ ਕਿਵੇਂ ਚੱਲ ਰਹੀਆਂ ਨੇ ਐਂਡ ਕਿਸ ਤਰ੍ਹਾਂ ਦੀ ਐਕਸਾਈਟਮੈਂਟ ਹੈਗੀ ਹੈ ਫਿਲਮ ਦੀ ਰਿਲੀਜ਼ ਨੂੰ ਲੈ ਕੇ ਰੀਲੀ ਰੀਲੀ ਗੁੱਡ ਵੈਰੀ ਪੋਜ਼ਿਟਿਵ ਆਈ ਥਿੰਕ ਅਸੀਂ ਸਾਰਿਆਂ ਨੇ ਗੁੱਡ ਇੰਟੈਂਸ਼ਨਸ ਅਤੇ ਮਿਹਨਤ ਦੇ ਨਾਲ ਇਹ ਫਿਲਮ ਬਣਾਈ ਹੈ ਸੋ ਸਾਡੀ ਇਹੀ ਕੋਸ਼ਿਸ਼ ਆ ਕਿ ਅਸੀਂ ਉਹ ਇੰਟੈਂਸ਼ਨ ਬਸ ਦੁਨੀਆ ਦੇ ਨਾਲ ਸ਼ੇਅਰ ਕਰ ਸਕੀਏ ਸੋ ਮੁੰਡਾ ਸਾਊਥ ਹਾਲ ਦਾ ਐਂਡ ਨਾਓ ਗੋਰਿਆਂ ਦੇ ਨਾਲ ਲੱਗਦੀ ਜ਼ਮੀਨ ਜੱਟ ਦੀ ਇਹ ਨਾ ਮੈਨੂੰ ਥੋੜ੍ਹਾ ਟਾਈਟਲ ਬਾਰ ਬਾਰ ਮੈਂ ਪੜ੍ਹ ਰਹੀ ਹਾਂ ਕਿਉਂਕਿ ਮੈਨੂੰ ਥੋੜ੍ਹਾ ਮੁਸ਼ਕਿਲ ਆ ਰਿਹਾ ਬਾਰ ਬਾਰ ਹੁੰਦਾ ਨਾ ਦੈਟਸ ਵਾਈ ਮੈਂ ਬਾਰ ਬਾਰ ਦੇਖ ਕੇ ਪੜ੍ਹ ਰਹੀ ਹਾਂ ਇਹ ਫਿਲਮ ਦੇ ਨਾਲ ਅਤੇ ਪਿਛਲੀ ਫਿਲਮ ਦੇ ਨਾਲ ਤੁਹਾਡਾ ਇਹ ਪੂਰਾ ਪੰਜਾਬੀ ਸਿਨੇਮਾ ਦਾ ਸਫ਼ਰ ਕਿਹੋ ਜਿਹਾ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਕਿ ਇੱਕ ਫਿਲਮ ਤੋਂ ਦੂਜੀ ਫਿਲਮ ਤੱਕ ਦੀ ਤੁਹਾਡੀ ਜਰਨੀ ਕਿੱਦਾਂ ਦੀ ਰਹੀ ਹੈ ਆਈ ਥਿੰਕ ਮੁੰਡਾ ਸਾਊਥ ਹਾਲ ਦਾ ਆਈ ਵਾਜ਼ ਨੋਟ ਪ੍ਰਿਪੇਅਰਡ ਫੋਰ ਦੈਟ ਇਟ ਜਸਟ ਕਾਈਂਡ ਆਫ ਹੈਪਨਡ ਫਿਰ ਉਹ ਫਿਲਮ ਤੋਂ ਬਾਅਦ ਮੈਨੂੰ ਲੱਗਿਆ ਕਿ ਉਹ ਇੱਕ ਮੇਰੇ ਲਈ ਸੋਲੀਡੀਫਾਈ ਹੋ ਗਈ ਸੀ ਚੀਜ਼ ਕਿ ਓਕੇ ਮੈਂ ਫਿਲਮਾਂ 'ਚ ਐਕਟਿੰਗ ਕਰਨੀ ਆ ਸੋ ਬਸ ਪਿਛਲੇ 2 ਸਾਲ ਦੀ ਮੈਂ ਆਪਣੇ ਆਪ 'ਤੇ ਮਿਹਨਤ ਕਰ ਰਹੀ ਹਾਂ ਆਪਣੀ ਕਲਾ 'ਤੇ ਮਿਹਨਤ ਕਰ ਰਹੀ ਹਾਂ ਆਪਣੇ ਆਪ 'ਤੇ ਆਪਣੇ ਆਪ ਨੂੰ ਹੋਰ ਜਾਣਨ ਦੀ ਕੋਸ਼ਿਸ਼ ਕਰ ਰਹੀ ਹਾਂ ਕਿਉਂਕਿ ਮੈਂ ਇੱਕ ਵਧੀਆ ਆਰਟਿਸਟ ਵਧੀਆ ਐਕਟਰ ਵਧੀਆ ਇਨਸਾਨ ਬਣ ਕੇ ਆਪਣਾ ਕੰਮ ਕਰਨਾ ਚਾਹੁੰਦੀ ਹਾਂ ਐਂਡ ਆਈ ਥਿੰਕ ਦੈਟ ਵਿਲ ਬੀ ਮਾਈ ਟ੍ਰੇਡਮਾਰਕ ਬਸ ਉਹ ਓਨੈਸਟੀ ਦੇ ਨਾਲ ਕੰਮ ਕੀਤਾ ਵਾ ਮੈਂ ਅਤੇ ਆਪਣੀ ਮਿਹਨਤ ਨੂੰ ਇੱਕ ਓਨੈਸਟ ਕੋਸ਼ਿਸ਼ ਦਿੱਤੀ ਆ ਕਿ ਆਡੀਅੰਸ ਉਹ ਚੀਜ਼ ਨੂੰ ਨੋਟਿਸ ਕਰਨ ਜੀ ਤੁਸੀਂ ਅਜੇ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਸੀਗਾ ਇੱਕ ਪੁਆਇੰਟ ਆਇਆ ਕਿ ਤੁਸੀਂ ਗਿਵ ਅਪ ਕਰਨ ਵਾਲੇ ਸੀਗੇ ਉਹ ਕਿਹੜਾ ਪੁਆਇੰਟ ਸੀ ਐਂਡ ਕੀ ਰੀਜ਼ਨ ਸੀਗਾ ਕਿ ਤੁਸੀਂ ਸੋਚਿਆ ਕਿ ਨਹੀਂ ਹੁਣ ਮੈਂ ਗਿਵ ਅਪ ਕਰਨਾ ਚਾਹੁੰਦੀ ਹਾਂ ਉਹ ਕੀ ਹੋਇਆ ਸੀ ਸਭ ਕੁਝ ਆਈ ਥਿੰਕ ਮੈਨੂੰ ਕਿਤੇ ਨਾ ਕਿਤੇ ਲੱਗਿਆ ਮੇ ਬੀ ਲਾਸਟ ਈਅਰ ਅਰਾਊਂਡ ਦਿਸ ਟਾਈਮ ਹਾਂ ਲੱਗਿਆ ਕਿ ਮੇ ਬੀ ਜੇ ਤੁਸੀਂ ਸਿਰਫ ਚੰਗੇ ਇਨਸਾਨ ਹੋਣ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਕੰਮ ਮਿਲੂਗਾ ਹੈ ਨਾ ਕਿ ਤੁਹਾਨੂੰ ਉਹ ਚੀਜ਼ਾਂ ਲਾਈਕ ਗ੍ਰੈਬ ਕਰਨੀਆਂ ਆਉਣੀਆਂ ਚਾਹੀਦੀਆਂ ਹੈ ਨਾ ਐਂਡ ਉਹ ਕਈ ਵਾਰੀ ਉੱਦਾਂ ਦੇ ਇਨਸਾਨ ਨੂੰ ਹੀ ਕੰਮ ਮਿਲਦਾ ਜਿਹੜੇ ਲਾਈਕ ਥੋੜ੍ਹੇ ਜਿਹੇ ਕਹਿ ਲਓ ਜਿਨ੍ਹਾਂ ਨੂੰ ਪਤਾ ਹੁੰਦਾ ਵੀ ਇੰਡਸਟਰੀ ਨੂੰ ਕਿਵੇਂ ਵਰਕ ਕਰਨਾ ਕਿਵੇਂ ਕੰਮ ਕੱਢਣਾ ਹੈ ਨਾ ਸੋ ਮੈਨੂੰ ਲੱਗਿਆ ਮੇ ਬੀ ਆਈ ਐਮ ਨੋਟ ਲਾਈਕ ਸ਼ਾਰਪ ਇਨਫ ਫੋਰ ਦਿਸ ਇੰਡਸਟਰੀ ਹੈ ਨਾ ਕਿਉਂਕਿ ਮੈਂ ਪਹਿਲਾਂ ਸੁਣਿਆ ਹੋਇਆ ਕਿ ਪ੍ਰੀਤ ਯੂਅਰ ਟੂ ਨਾਈਸ ਹੈ ਨਾ ਯੂ ਹੈਵ ਟੂ ਬੀ ਲਾਈਕ ਯੂ ਹੈਵ ਟੂ ਅੰਡਰਸਟੈਂਡ ਪੀਪਲਸ ਮੋਟਿਵ ਵੀ ਲਾਈਕ ਲੋਕ ਤੁਹਾਡੇ ਨਾਲ ਕਿਹੜੇ ਵੇ ਦੇ ਨਾਲ ਗੱਲ ਕਰ ਰਹੇ ਹੈ ਨਾ ਸੋ ਕਿਤੇ ਨਾ ਕਿਤੇ ਮੇ ਬੀ ਉਹ ਚੀਜ਼ ਨੂੰ ਲੈ ਕੇ ਇਨੋਸੈਂਸ ਆ ਸੋ ਮੈਨੂੰ ਲੱਗਿਆ ਵੀ ਮੈਂ ਤੋਂ ਉਹ ਚੀਜ਼ 'ਚ ਉਹ ਸ਼ਾਰਪਨੈਸ ਨਹੀਂ ਹੈਗੀ ਹੈ ਨਾ ਸੋ ਮੇ ਬੀ ਦਿਸ ਇੰਡਸਟਰੀ ਇਜ਼ ਨੋਟ ਫਰ ਮੀ ਬਟ ਮੈਂ ਐਨੀ ਵੇਜ਼ ਆਪਣੇ ਆਪ 'ਤੇ ਮਿਹਨਤ ਜਾਰੀ ਰੱਖੀ ਕਿਉਂਕਿ ਮੈਨੂੰ ਲੱਗਿਆ ਓਕੇ ਜੇ ਮੈਂ ਐਕਟਰ ਵੀ ਨਹੀਂ ਬਣੂੰਗੀ ਜਿਹੜੀਆਂ ਚੀਜ਼ਾਂ 'ਤੇ ਮੈਂ ਕੰਮ ਕਰ ਰਹੀ ਹਾਂ ਦੇ ਆਰ ਗਨ ਹੈਲਪ ਮੀ ਇਨ ਲਾਈਫ ਹੈ ਨਾ ਸੋ ਆਈ ਜਸਟ ਕੰਟੀਨਿਊਡ ਵਰਕਿੰਗ ਐਂਡ
ਮੈਨੂੰ ਨਹੀਂ ਪਤਾ ਹਾਊ ਆਈ ਗਾਟ ਦਿਸ ਫਿਲਮ। ਇਸ ਪੂਰੇ ਸਫ਼ਰ ਦੇ ਵਿੱਚ ਜਿਹੜਾ ਤੁਸੀਂ ਕਿਹਾ ਕਿ ਤੁਹਾਨੂੰ ਲੱਗਿਆ ਕਿ ਨਹੀਂ ਇੱਥੇ ਚੰਗੇ ਇਨਸਾਨ ਬਣ ਕੇ ਹੀ ਕੰਮ ਨਹੀਂ ਮਿਲੂਗਾ, ਕਿਹੋ ਜਿਹੇ ਇੰਸੀਡੈਂਟ ਹੋਏ ਨੇ, ਕਿਹੋ ਜਿਹਾ ਇਹੋ ਜਿਹਾ ਤੁਹਾਡੇ ਨਾਲ ਸਿਚੁਏਸ਼ਨ ਹੋਈ ਹੋਵੇਗੀ ਕਿ ਤੁਹਾਨੂੰ ਉਸ ਸਮੇਂ ਰਿਅਲਾਈਜ਼ ਹੋਇਆ ਕਿ ਨਹੀਂ ਚੰਗੇ ਬੰਦਿਆਂ ਵਾਲੀ ਇੰਡਸਟਰੀ ਨਹੀਂ ਹੈਗੀ ਇਹ? ਲਾਈਕ ਨਥਿੰਗ ਨੈਗੇਟਿਵ ਲਾਈਕ ਦੈਟ, ਲਾਈਕ ਉੱਦਾਂ ਤੁਸੀਂ ਸਟੋਰੀ ਸੁਣਦੇ ਹੋ ਹੈ ਨਾ ਕਿ ਕੀ ਹੁੰਦਾ ਵਾ, ਸੋ ਆਈ ਥਿੰਕ ਮੇ ਬੀ ਮੈਨੂੰ ਉਹੀ ਚੀਜ਼ਾਂ ਨੂੰ ਲੈ ਕੇ ਲੱਗਿਆ ਕਿ ਮੇ ਬੀ ਇਫ ਯੂ ਆਰ ਨਾਈਸ, ਇਫ ਯੂ ਜਸਟ ਵੇਟ ਕਿ ਤੁਹਾਨੂੰ ਕੋਈ ਚਾਂਸ ਦਊਗਾ, ਦੇ ਆਰ ਨੋਟ ਗਨਾ ਡੂ ਇਟ। ਸੋ ਮੈਨੂੰ, ਮੈਂ ਐਜ਼ ਅ ਹਿਊਮਨ ਬੀਇੰਗ, ਮੈਨੂੰ ਲੱਗਿਆ ਮੈਂ ਕਿਹੜੀ ਚੀਜ਼ ਕਰਕੇ ਕੰਮ ਮੇਰੇ ਕੋਲ ਆਊਗਾ, ਇਜ਼ ਬਾਈ ਵਰਕਿੰਗ ਔਨ ਮਾਈ ਸੈਲਫ ਹੈ ਨਾ, ਐਂਡ ਬਾਈ ਜਸਟ ਲਾਈਕ ਉਹ ਚੀਜ਼ ਨੂੰ ਕੋਂਸਟੈਂਟਲੀ ਇਨਵਿਜ਼ਨ ਕਰਨਾ ਐਜ਼ ਇਫ ਯੂ ਆਲਰੇਡੀ ਹੈਵ ਇਟ ਹੈ ਨਾ। ਮੈਂ ਈਵਨ ਜਦੋਂ ਮੁੰਡਾ ਸਾਊਥ ਹਾਲ ਦੇ ਸ਼ੂਟ 'ਤੇ ਹੁੰਦੇ ਸੀਗੇ, ਮੈਂ ਆਪਣੇ ਆਪ ਨੂੰ ਇਮੈਜਿਨ ਕਰਦੀ ਸੀ ਕਿ ਆਈ ਐਮ ਡੂਇੰਗ ਅ ਲੀਡ ਰੋਲ, ਆਈ ਐਮ ਡੂਇੰਗ ਦੀਜ਼ ਇੰਟਰਵਿਊਜ਼, ਆਈ ਐਮ ਡੂਇੰਗ ਆਲ ਆਫ ਦਿਸ ਸਟੱਫ, ਸੋ ਆਈ ਥਿੰਕ ਇਟਸ ਅ ਮੈਨੀਫੈਸਟੇਸ਼ਨ ਆਫ ਸਮਥਿੰਗ ਦੈਟ ਆਲਰੇਡੀ ਐਗਜ਼ਿਸਟਿਡ ਇਨ ਮਾਈ ਮਾਈਂਡ। ਅਤੇ ਆਪਾਂ ਇੱਥੇ ਪੰਜਾਬੀ ਇੰਡਸਟਰੀ ਦੀ ਵੀ ਗੱਲ ਕਰੀਏ ਐਂਡ ਇਸ ਫਿਲਮ ਦੀ ਵੀ ਗੱਲ ਕਰੀਏ, ਜਿਵੇਂ ਤੁਸੀਂ ਕਿਹਾ ਕਿ ਤੁਹਾਨੂੰ ਆਪ ਨਹੀਂ ਪਤਾ ਕਿ ਕਿਵੇਂ ਤੁਹਾਨੂੰ ਫਿਲਮ ਮਿਲ ਗਈ, ਬਟ ਸਟਿਲ ਕਿਸ ਤਰ੍ਹਾਂ ਤੁਹਾਨੂੰ ਇਹ ਫਿਲਮ ਮਿਲੀ, ਕਿਵੇਂ ਅਪਰੋਚ ਕੀਤਾ ਗਿਆ, ਅਤੇ ਇਹ ਫਿਲਮ ਤੁਹਾਡੇ ਲਈ ਕਹਿ ਸਕਦੇ ਇੱਕ ਸਨਸ਼ਾਈਨ ਬਣ ਕੇ ਆਈ ਤੁਹਾਡੀ ਜ਼ਿੰਦਗੀ ਦੇ ਵਿੱਚ? ਰਾਈਟ, ਮੈਂ ਸੁਖਸਰ ਦੇ ਨਾਲ ਮੁੰਡਾ ਸਾਊਥ ਹਾਲ ਦਾ ਵੀ ਕੀਤੀ, ਮਿਊਜ਼ਿਕ ਵੀਡੀਓਜ਼ ਵੀ ਕੀਤੀਆਂ, ਮੈਂ ਪਹਿਲੀ ਵਾਰ ਕੈਮਰਾ ਹੀ ਉਹਨਾਂ ਦੇ ਕੈਮਰੇ ਨੂੰ ਹੀ ਫੇਸ ਕੀਤਾ ਸੀਗਾ, ਅਤੇ ਸੋ ਅਗੇਨ ਸਾਡੀ ਕੋਈ ਫਾਰਮਲ ਕਨਵਰਸੇਸ਼ਨ ਨਹੀਂ ਸੀ ਹੋਈ ਇਹ ਫਿਲਮ ਨੂੰ ਲੈ ਕੇ, ਆਈ ਵਾਜ਼ ਜਸਟ ਯੂ ਨੋ ਟੇਕਿੰਗ ਮਾਈ ਐਕਟਿੰਗ ਕਲਾਸਿਸ ਐਂਡ ਡੂਇੰਗ ਆਲ ਮਾਈ ਵਰਕ, ਐਂਡ ਇੱਕ ਦਿਨ ਅਸੀਂ ਸੌਂਗ ਦਾ ਸ਼ੂਟ ਕਰ ਰਹੇ ਸੀ, ਐਂਡ ਆਈ ਥਿੰਕ ਉਹਦੇ ਦੌਰਾਨ ਸੁਖਸਰ ਦੇ ਨਾਲ ਹੀ ਸੀ ਸ਼ੂਟ ਉਹ, ਉਹਨਾਂ ਨੂੰ ਕਿਸੇ ਦਾ ਫੋਨ ਆਇਆ ਹੋਣਾ ਫਿਲਮ ਬਾਰੇ ਕੋਈ ਗੱਲ ਚੱਲੀ, ਐਂਡ ਉਹਨਾਂ ਨੇ ਪੁੱਛਿਆ ਹੋਣਾ ਕਿ ਕੌਣ ਲੀਡ ਕਰ ਰਿਹਾ, ਐਂਡ ਹੀ ਜਸਟ ਸੈਡ ਉਹ ਅਰਮਾਨ ਬੇਦਲ ਐਂਡ ਪ੍ਰੀਤ ਔਜਲਾ, ਐਂਡ ਆਈ ਜਸਟ ਲੁਕਡ, ਆਈ ਵਾਜ਼ ਲਾਈਕ ਓਕੇ, ਮੈਂ ਕੁਛ ਕਿਹਾ ਵੀ ਨਹੀਂ, ਮੈਂ ਕਿਹਾ ਓਕੇ ਜਸਟ ਕੀਪ ਵਰਕਿੰਗ ਐਂਡ ਲਾਈਕ ਸੋ ਹੀ ਡਜ਼ਨਟ ਚੇਂਜ ਹਿਸ ਮਾਈਂਡ, ਡੋਂਟ ਮੇਕ ਦਿਸ ਅ ਬਿਗ ਥਿੰਗ, ਐਂਡ ਬਸ ਉਦੋਂ ਬਾਅਦ ਉਹਨਾਂ ਨੇ ਮੈਨੂੰ ਥੋੜ੍ਹੇ ਟਾਈਮ ਬਾਅਦ ਲਾਈਕ ਜਦੋਂ ਸਕ੍ਰਿਪਟ ਫਿਨਿਸ਼ ਹੋਈ ਉਹ ਭੇਜੀ, ਐਂਡ ਇਟ ਵਾਜ਼ ਜਸਟ ਲਾਈਕ ਅ ਵੈਰੀ ਨੈਚੁਰਲ ਫਲੋ। ਯੂ ਹੈਵ ਡਨ ਮਿਊਜ਼ਿਕ ਵੀਡੀਓਜ਼ ਐਸ ਵੈਲ, ਸੋ ਮਿਊਜ਼ਿਕ ਵੀਡੀਓਜ਼ ਟੂ ਫਿਲਮਸ, ਹਾਂਜੀ, ਕਿੰਨਾ ਕੁ ਡਿਫਰੈਂਸ ਲੱਗਦਾ ਹੈ ਐਂਡ ਕਿੰਨਾ ਕੁ ਐਕਸਪੀਰੀਅੰਸ ਅਲੱਗ ਹੁੰਦਾ ਹੈ ਦੋਨਾਂ 'ਚ ਪਰਫੋਰਮੈਂਸ ਦੇਣ ਦਾ? ਯਾ ਆਈ ਥਿੰਕ ਮਿਊਜ਼ਿਕ ਵੀਡੀਓਜ਼ ਇਟਸ ਅ ਲੋਟ ਆਫ ਲਾਈਕ ਓਵਰ ਐਕਟਿੰਗ ਆਲਮੋਸਟ, ਬਿਕਾਜ਼ ਤੁਸੀਂ ਆਪਣੇ ਆਪ ਨੂੰ ਸਿਰਫ ਇਮੋਸ਼ਨਸ ਦੇ ਥਰੂ ਐਕਸਪ੍ਰੈਸ ਕਰਨਾ ਹੈ ਨਾ, ਸੋ ਯੂ ਹੈਵ ਟੂ ਬੀ ਲਾਊਡ ਇਨ ਯੋਰ ਐਕਸਪ੍ਰੈਸ਼ਨ, ਸੋ ਤੁਹਾਡੀ ਆਡੀਅੰਸ ਅੰਡਰਸਟੈਂਡ ਕਰ ਸਕੇ ਕਿ ਤੁਸੀਂ ਕੀ ਇਮੋਸ਼ਨਲ ਫੀਲ ਇਮੋਸ਼ਨ ਫੀਲ ਕਰ ਰਹੇ ਹੋ, ਵਰਐਜ਼ ਫਿਲਮ ਦੇ ਵਿੱਚ ਤੁਹਾਡੇ ਕੋਲ ਇੱਕ ਡਾਇਲੋਗ ਇਜ਼ ਏਡਿੰਗ ਯੂ ਇਨ expressing how you feel hana, so that you see you have to tone down your expressions and it has to be like how you would react in a normal life. Minu, I think film acting thodi ji easy lagi, I don't know, maybe it's like a contrary to popular belief, but minu lagya ke thodi dialogues help karde hai, je tusi oh cheez actually feel karde ho then it will come out naturally, thode expressions bhi naturally aange, whereas in a music video tusi soch rahe ho ke I am sad now or something hai na, so oh internal dialogue hunda va ek, but in films de vich tonu dialogues de through tusi apne jehde andarle emotions ah oh express kar sakde ho, kithe na kithe je koi gusse wala scene I just think like mere andar jehda vi gussa va oh main express karna va, so acting is like a great medium to express your unresolved emotions, I guess. Yeah, so last question, ਤੁਸੀਂ ਸਿੱਧੂ ਮੂਸੇਵਾਲਾ ਦੇ ਨਾਲ ਵੀ ਕੰਮ ਕੀਤਾ ਹੈ ਅਸ ਗਾਣੇ ਦੇ ਵਿੱਚ, ਸੋ ਉਹਨਾਂ ਦੇ ਨਾਲ ਕੰਮ ਕਰਨ ਦਾ ਤੁਹਾਡਾ ਤਜਰਬਾ ਕਿਹੋ ਜਿਹਾ ਸੀਗਾ, ਐਂਡ ਮੋਸਟ ਇੰਪੋਰਟੈਂਟਲੀ ਅਸੀਂ ਹਮੇਸ਼ਾ ਉਹਨਾਂ ਦੀ ਗੱਲ ਕਰਦੇ ਹਾਂ ਅਤੇ ਸਾਰੇ ਵਧੀਆ ਵਧੀਆ ਗੱਲਾਂ ਦੱਸਦੇ ਆ, ਸੋ ਤੁਹਾਡੇ ਵੱਲੋਂ ਜੇ ਤੁਸੀਂ ਦੱਸਣਾ ਹੋਵੇ ਕਿ ਸਿੱਧੂ ਮੂਸੇਵਾਲਾ ਦੀ ਉਹ ਕਿਹੜੀ ਗੱਲ ਹੈ ਜੋ ਤੁਹਾਨੂੰ ਅੱਜ ਵੀ ਯਾਦ ਆਉਂਦੀ ਹੈ ਅਤੇ ਤੁਸੀਂ ਕਹਿੰਦੇ ਹੋ ਕਿ ਇਹ ਚੀਜ਼ ਉਹਨਾਂ 'ਚ ਬਹੁਤ ਸੋਹਣੀ ਸੀ? ਆਈ ਥਿੰਕ ਹਿਜ਼ ਨੇਚਰ, ਲਾਈਕ ਉਹ ਇੰਨੇ ਡਾਊਨ ਟੂ ਅਰਥ ਹਿਊਮਨ ਬੀਇੰਗ, ਇੱਕ ਵਾਰੀ ਜਿਹੜੇ ਅਸੀਂ Airbnb ਵਿੱਚ ਰਹਿ ਰਹੇ ਸੀਗੇ ਸ਼ੂਟ ਦੌਰਾਨ, ਉਹ ਸਾਨੂੰ ਮਿਲਣ ਆਏ ਉੱਥੇ, ਅਤੇ ਨਾ ਰਾਤ ਦੀ ਜਿਹੜੀ ਅਸੀਂ ਕੇਟਰਿੰਗ ਲੱਗੀ ਹੋਈ ਸੀਗੀ ਉਹ ਸਾਗ ਅਤੇ ਰੋਟੀ ਪਈ ਸੀਗੀ, ਐਂਡ ਸਿੱਧੂ ਆਏ ਐਂਡ ਹੀ ਵਾਜ਼ ਲਾਈਕ ਯਾਰ ਭੁੱਖ ਬਹੁਤ ਲੱਗੀ ਆ, ਉੱਥੇ ਹੋਰ ਵੀ ਟੀਮ ਸੀਗੀ, ਐਂਡ ਆਈ ਵਾਜ਼ ਲਾਈਕ ਉਹ ਸਿੱਧੂ ਕੁਛ ਖਾਣ ਨੂੰ ਤਾਂ ਹੈ ਨਹੀਂ ਬਟ ਆਪਾਂ ਔਡਰ ਕਰ ਲੈਂਦੇ ਹਾਂ, ਹੀ ਜੇ ਕੁਛ ਪਿਆ ਨਹੀਂ, ਐਂਡ ਆਈ ਵਾਜ਼ ਲਾਈਕ ਉਹ ਰਾਤ ਵਾਲੀ ਰੋਟੀ ਅਤੇ ਸਾਗ ਪਿਆ, ਹੀ ਜੇ ਪ੍ਰੀਤ ਆਪਾਂ ਉਹੀ ਗਰਮ ਕਰਕੇ ਖਾਂਦੇ ਹਾਂ ਨਾ, ਅਤੇ ਉਹ ਗਰਮ ਕਰਕੇ ਦਿੱਤੀ, ਐਨੀ ਜਸ ਏੜੇ ਵਾਜ਼ ਸੋ ਮਚ, ਹੀ ਇਜ਼ ਲਾਈਕ ਬਹੁਤ ਸਵਾਦ, ਹੀ ਜੇ ਮੈਨੂੰ ਮੰਮੀ ਦਾ ਸਾਗ ਯਾਦ ਆ ਗਿਆ ਹੈ ਨਾ, ਸੋ ਲਾਈਕ ਉਹ ਕਦੇ I don't know, ਉਹਨਾਂ ਨੇ ਕਦੇ ਇੱਦਾਂ ਬਿਹੇਵ ਹੀ ਨਹੀਂ ਕੀਤਾ ਦੈਟ ਹੀ ਸਮਥਿੰਗ, ਹੀ ਵਾਜ਼ ਜਸਟ ਅ ਹਿਊਮਨ ਬੀਇੰਗ, ਐਂਡ ਆਈ ਥਿੰਕ ਦੈਟ ਵਾਜ਼ ਦਾ ਯੂ ਐਸ ਪੀ ਟੂ ਹਿਜ਼ ਸਕਸੈਸ, ਕਿ ਉਹ ਜਸਟ ਹੀ ਵਾਜ਼ ਜਸਟ ਡੂਇੰਗ ਹਿਜ਼ ਵਰਕ, ਐਂਡ ਉਹਨਾਂ ਨੂੰ ਚੀਜ਼ਾਂ ਮਿਲ ਰਹੀਆਂ ਸੀ ਜਿਹੜੀਆਂ ਉਹਨਾਂ ਨੇ ਕਦੇ ਐਂਟੀਸਪੇਟ ਨਹੀਂ ਕੀਤੀਆਂ ਹੋਣੀਆਂ। ਹਾਂ, ਥੈਂਕ ਯੂ ਸੋ ਮਚ ਐਂਡ ਬੈਸਟ ਆਫ ਲੱਕ ਫੋਰ ਦ ਫਿਲਮ। ਥੈਂਕ ਯੂ, ਥੈਂਕ ਯੂ, ਯਾ।